धन बाबा नानक, धन तेरी कमाई। जी हाँ दोस्तों, बाबे नानक वालों चलाई लंगर की प्रथा नूं अगे तोरदे हुए उन्हां दे सेवकां वालों अज करोना वायरस की मार विच अपने सोशल डिस्टेंस देख के एक एक मीटर से निशान लाया, उस निशान से बराबर असं बंदा खड़ोने के ता कि सरकारी हुक्मों का पालन किया जाए। और किस तरह अपना प्रबंध किया जाए लंगर? लंगर का प्रबंध बाबा प्रशादे भेजी जाते तो अभी छकई जाने। किस तरह का प्रबंध कितों बना के? प्रबंध तो जी बस बाबे की मेहर ही है जी। बन के कितों आती है? बन के आप ही भेजी जाता जी बाबा, सानू नहीं पता कितों आया कितों नहीं जी, ये तो बस वो भेजी जाते तो अभी छकई जाने। मेरा नाम मिलनप्रीत सिंह जी। हाँ, किस तरह के प्रबंध किया जी सोशल डिस्टेंस बारे जी? किस तरह की ना जी रस्सी बनाई है, रस्सी से एक प्रॉपर गंढ मार के एक डिस्टेंस मेनटेन करके प्रॉपर नील का निशान ला के एक डिस्टेंस मेनटेन रहे, ता जो भी वो बिथी अपनी कैम रहे।
ਉਹ ਸਿਸਟਮ ਨਾਲ ਚੱਲੀ ਜਾਂਦਾ ਸਾਰਾ। ਅੱਛਾ, ਕਿੱਥੇ ਕਿੱਥੇ ਤੁਸੀਂ ਪਹੁੰਚ ਰਹੇ ਹੋ ਅੱਜ ਤੁਸੀਂ? ਅੱਜ ਇਹ ਜੰਗਲਾਂ ਦੇ ਵਿੱਚ ਵੀ ਹੋ ਕੇ ਆਏ ਹਾਂ ਜੀ। ਗੱਡੀ ਮਸਾਂ ਹੀ ਆਉਂਦੀ ਹੈ, ਬੰਦਾ ਤੁਰ ਕੇ ਆ ਸਕਦਾ ਜੀ, ਆ ਸਕਦਾ ਗੱਡੀ ਲੈ ਆ ਉਰੇ। ਅਤੇ ਇੱਥੇ ਮੈਨੂੰ ਇੱਕ ਹਫ਼ਤਾ ਹੋ ਗਿਆ ਰੋਜ਼ ਲੰਗਰ ਵਰਤਾਉਣ ਆ ਰਿਹਾ ਜੀ। ਕਿਹੜਾ ਏਰੀਆ ਇਹ? ਇਹ ਏਰੀਆ ਕਿਹੜਾ ਤੁਹਾਡਾ? ਇਹ ਖੇਤਾ ਸਿੰਘ ਬਸਤੀ ਪੈਂਦੀ ਹੈ ਵੈਸੇ ਤਾਂ, ਪਰ ਇਸ ਇਸ 'ਤੇ ਗੱਡੀ ਪਹੁੰਚਣੀ ਨਾਮੁਮਕਿਨ ਹੈ, ਬਹੁਤ ਔਖਾ ਏਰੀਆ ਹੈ, ਰਸਤਾ ਬੜਾ ਕਠਿਨ ਹੈ ਇਹਦਾ। ਅਤੇ ਫਿਰ ਲੰਗਰ ਤੁਸੀਂ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਹੋ? ਲੰਗਰ ਸਾਰੇ ਗੁਰੂ ਘਰਾਂ ਤੋਂ ਇਕੱਠਾ ਹੁੰਦਾ ਵੀਰੇ, ਜਿੰਨੇ ਗੁਰਦੁਆਰਾ ਸਾਹਿਬ ਹੈ ਸਾਰਿਆਂ ਤੋਂ ਇਕੱਠਾ। ਨੇੜ ਦੇ ਪਿੰਡਾਂ ਦੇ ਵਿੱਚੋਂ ਜਾਂ ਮਤਲਬ ਜਿੰਨੇ ਵੀ ਸਾਡੇ ਨਾਲ ਦੇ ਸਹਿਯੋਗੀ ਜੁੜੇ ਹੋਏ ਉਹਨਾਂ ਨੂੰ ਲੰਗਰ ਪ੍ਰਾਪਤ ਹੁੰਦਾ ਜੀ। ਉਹਨਾਂ ਤੋਂ ਇਕੱਠਾ ਕਰਕੇ ਅਸੀਂ ਇੱਕ ਜਗ੍ਹਾ 'ਤੇ ਕਰਕੇ, ਸਾਡੀਆਂ ਸ਼ਹਿਰ ਵਿੱਚ 3-4 ਗੱਡੀਆਂ ਚੱਲ ਰਹੀਆਂ ਜੀ ਔਲਰੇਡੀ। ਅੱਛਾ, ਉਹ ਅਸੀਂ ਮਤਲਬ ਸ਼ਹਿਰ 'ਚ ਹਰ ਏਰੀਏ ਦੇ ਹਿਸਾਬ ਨਾਲ ਜਿਵੇਂ ਸਿਸਟਮ ਨੇ ਸਾਨੂੰ ਦੱਸਿਆ ਹੋਇਆ ਪ੍ਰਸ਼ਾਸਨ ਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।